ਹਾਂਜੀ ਗੁੱਡ ਇਵਨਿੰਗ एवरीवन ਇੱਕ ਨਿਊ ਨੋਟੀਫਿਕੇਸ਼ਨ ਆਇਆ ਹੈ ਜਿਨ੍ਹਾਂ ਨੇ ETT ਦੀਆਂ ਪੋਸਟਾਂ ਤੇ ਅਪਲਾਈ ਕੀਤਾ ਸੀਗਾ ਕਿੰਨੀਆਂ ਪੋਸਟਾਂ ਸੀ 2364 ਪੋਸਟਾਂ ਤੇ ਅਪਲਾਈ ਕੀਤਾ ਸੀਗਾ ਨਿਊ ਨੋਟੀਫਿਕੇਸ਼ਨ ਆਇਆ 11 12 2020 ਦਾ ਕਿ ਇਹਨਾਂ ਦੀ ਕਾਉਂਸਲਿੰਗ ਸਟਾਰਟ ਹੋ ਰਹੀ ਹੈ ਜੀ ਠੀਕ ਹੈ ਜੀ ਕਾਉਂਸਲਿੰਗ ਸਟਾਰਟ ਹੋ ਰਹੀ ਹੈ ਜਿਸ ਦੇ ਵਿੱਚ ਡਾਕੂਮੈਂਟ ਵਗੈਰਾ ਚੈੱਕ ਕਰਨਗੇ ਚਲੋ ਪੜੀਏ ਚ ਕੀ ਲਿਖਿਆ ਇਹਨਾਂ ਨੇ ਚਲੋ ਇੱਕ ਤਾਂ ਇਹਨਾਂ ਨੇ ਪਹਿਲਾਂ ਇਹ ਦੱਸਿਆ ਕਿ ਇਹਨਾਂ ਦੀ ਜਿਹੜੀ ਮੈਰਿਟ ਬੰਨੀ ਆ ਉਹ ਕਿਸ ਦੇ ਅਧਾਰ ਤੇ ਬੰਨੀ ਆ ਕਿ ਇੱਕ ਤਾਂ ਪ੍ਰਾਪਤ ਅੰਕ ਇਹਨਾਂ ਨੇ ਕਿੰਨੇ ਅੰਕ ਪ੍ਰਾਪਤ ਕੀਤੇ ਨੇ ਉਹਦੇ ਅਧਾਰ ਤੇ ਤੇ ਉਚੇਰੀ ਯੋਗਤਾ ਦੇ ਅਧਾਰ ਤੇ ਇਹਨਾਂ ਦੇ ਅੰਕ ਤੇ ਤਜਰਬੇ ਦੇ ਸਰਟੀਫਿਕੇਟ ਬਣਾਣੇ ਨੇ ਜੀ ਤਜਰਬੇ ਦੇ ਰਿਕਾਰਡਿੰਗ ਵੀ ਨੰਬਰ ਲਗੜੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਮੈਰਿਟ ਸੂਚੀ ਅਨੁਸਾਰ ਹੇਠ ਲਿਖੇ ਕੈਟਾਗਰੀ ਦੇ ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੰਟੀ ਲਈ ਕਿੱਥੇ ਜਾਣਾ ਹੈ ਜੀ ਜਿਹੜਾ ਐਜੂਕੇਸ਼ਨ ਰਿਕੁਇਰਮੈਂਟ ਬੋਰਡ ਜਾਣਾ ਮਾਈਕਰੋਸਾਫਟ ਆਫਿਸ ਦੀ ਬਿਲਡਿੰਗ ਹੈ ਜਿਹੜੀ ਉੱਥੇ ਜਾਣਾ ਹੈ ਇਹ ਕਿੰਨੇ ਤਰੀਕ ਤੋਂ ਸਟਾਰਟ ਹੋ ਰਹੀ ਹੈ ਕਾਉਂਸਲਿੰਗ 16 12 2020 ਤੋਂ ਸਟਾਰਟ ਹੋ ਰਹੀ ਹੈ ਤੇ ਟਾਈਮਿੰਗ ਹੈਗਾ 9:30 ਤੋਂ ਲੈ ਕੇ 5 ਵਜੇ ਤੱਕ ਠੀਕ ਹੈ ਬੇਟਾ ਹੁਣ ਇਹਦੇ ਚ ਕੀ ਕੀ ਲੈ ਕੇ ਜਾਣਾ ਜਦੋਂ ਵੀ ਤੁਸੀਂ ਡਾਕੂਮੈਂਟ ਚੈੱਕ ਕਰਵਾਉਣ ਜਾਣਾ ਹੈ ਤਾਂ ਉਹਦੇ ਲਈ ਇੱਕ ਤਾਂ میٹرਿਕ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ میٹرਿਕ ਦਾ ਸਰਟੀਫਿਕੇਟ ਲੈ ਕੇ ਜਾਣਾ ਤੇ ਉਹਦੀ ਡਿਗਰੀ ਐਮਏ +2 ਦਾ ਡੀਐਮਸੀ ਲੈ ਕੇ ਜਾਣਾ ਇਹਦੀ ਡਿਗਰੀ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਜੀ ਈਟੀਟੀ ਦੇ ਪਾਸ ਦਾ ਸਰਟੀਫਿਕੇਟ ਲੈ ਕੇ ਜਾਣਾ ਤੇ ਗ੍ਰੈਜੂਏਸ਼ਨ ਦੀ ਡੀਐਮਸੀ ਠੀਕ ਹੈ ਜੀ ਜੇ ਗ੍ਰੈਜੂਏਸ਼ਨ ਪਾਸ ਹੈ ਉਹਦੀ ਡੀਐਮਸੀ ਵੀ ਲੈ ਜਾਓ ਤੇ ਇਵਨ ਡਿਗਰੀ ਵੀ ਨਾਲ ਲੈ ਜਾਓ ਜੀ ਜਿਆਦਾ ਵਧੀਆ ਹੈ ਤੇ ਐਮੀ ਕੈਟਾਗਰੀ ਦਾ ਸਰਟੀਫਿਕੇਟ ਜੇ ਤੁਸੀਂ ਐਸਸੀ ਚ ਅਪਲਾਈ ਕੀਤਾ ਉਹਦਾ ਸਰਟੀਫਿਕੇਟ ਸ ਉਹ ਬੀਸੀ ਚ ਅਪਲਾਈ ਕੀਤਾ ਉਹਦਾ ਸਰਟੀਫਿਕੇਟ ਤੇ ਆਪਣੇ ਪੰਜਾਬ ਵਸਨੀਕ ਦਾ ਸਰਟੀਫਿਕੇਟ ਤੇ ਨਾਲ ਆਪਣਾ ਤਜਰਬਾ ਸਰਟੀਫਿਕੇਟ ਲੈ ਕੇ ਜਾਣੇ ਨੇ ਜਿਹੜੇ ਵੀ ਸਿੱਖਿਆ ਪ੍ਰੋਵਾਈਡਰ ਵਗੈਰਾ ਨੇ ਉਹਨਾਂ ਨਾਲ ਆਪਣਾ ਨਾਲ ਤਜਰਬਾ ਲੈ ਕੇ ਜਾਣਾ ਹੈ ਤੇ ਜੇ ਕੋਈ ਵੀ ਹਾਇਰ ਐਜੂਕੇਸ਼ਨ ਕੀਤੀ ਹੈ ਜੀ ਜਿਵੇਂ ਹਾਇਰ ਐਜੂਕੇਸ਼ਨ ਦੇ ਵਿੱਚ ਕੀ ਆ ਜਾਂਦਾ ਏ ਤੁਹਾਡਾ ਜਿਵੇਂ ਤੁਸੀਂ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਵਗੈਰਾ ਕੀਤੀ ਹੈ ਉਹ ਉਹਦਾ ਸਰਟੀਫਿਕੇਟ ਨਾਲ ਲੈ ਕੇ ਜਾਣੇ ਨੇ ਠੀਕ ਹੈ ਤੇ ਜਿਹੜਾ ਜਿਹੜਾ ਤੁਸੀਂ ਇੱਕ ਧਿਆਨ ਰੱਖਣਾ ਹੈ ਜਿੰਨਾ ਜਿਹੜੇ এডਿਕੇਸ਼ਨ ਪ੍ਰੋਵਾਈਡਰ ਵਗੈਰਾ ਨੇ ਜਾਂ ਸਿੱਖਿਆ ਪ੍ਰੋਵਾਈਡਰ ਨੇ ਉਹਨਾਂ ਨੇ ਜਿਹੜਾ ਵੀ ਆਪਣਾ ਤਜਰਬਾ ਸਰਟੀਫਿਕੇਟ ਲੈ ਕੇ ਆਣਾ ਉਹ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਕਰਵਾਉਣਾ ਹੈ ਠੀਕ ਹੈ ਜੀ ਤਸਦੀਕ ਕਰਵਾ ਕੇ ਲੈ ਕੇ ਆਣਾ ਐਵੇਂ ਨਹੀਂ ਲੈ ਕੇ ਆਣਾ ਠੀਕ ਹੈ ਜੀ ਤੇ ਇਸ ਦੇ ਸਬੰਧ ਦੇ ਵਿੱਚ ਵਿਸ਼ੇ ਵਾਦ ਜਾਣਕਾਰੀ ਤੁਹਾਨੂੰ ਐਜੂਕੇਸ਼ਨ ਇਕਵਿਪਮੈਂਟ ਬੋਰਡ ਦੀ ਸਾਈਟ ਤੇ ਮਿਲ ਜੂਗੀ ਕਲੀਅਰ ਹੈ ਚਲੋ ਅੱਗੇ ਹੁਣ ਕਿਵੇਂ ਕਾਉਂਸਲਿੰਗ ਹੋਣੀ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਨਰਲ ਕੈਟੇਗਰੀ ਦੀ ਕਾਉਂਸਲਿੰਗ ਕਰਨੀ ਹੈ ਜਿਹੜੇ 1 ਤੋਂ 50 ਤੱਕ ਜਿਨ੍ਹਾਂ ਦਾ ਲੜੀ ਨੰਬਰ ਪਹਿਲੇ 500 ਬੰਦੇ ਜਨਰਲ ਕੈਟੇਗਰੀ ਦੇ ਪਹਿਲੇ ਦਿਨ ਆਣਗੇ ਸਵੇਰੇ ਠੀਕ ਹੈ ਜੀ ਐਵੇਂ 17 ਤਰੀਕ ਨੂੰ ਵੀ ਜਨਰਲ ਕੈਟੇਗਰੀ ਹੈ ਮਤਲਬ ਕਿ ਜਨਰਲ ਕੈਟੇਗਰੀ ਦੀ ਮੈਰਿਡ ਉਹਨਾਂ ਨੇ ਕਨਸੀਡਰ ਕੀਤੀ ਹੈ ਆਪਣੇ ਕੋਲ ਜਨਰਲ ਕੈਟੇਗਰੀ ਦੀ ਜਿਹੜੀ ਮੈਰਿਡ ਗਈ ਹੈ ਅਕੋਰਡਿੰਗ ਟੂ ਥਿਸ ਕਾਉਂਸਲਿੰਗ ਉਹ 829 ਰੋਲ ਨੰਬਰ ਤੱਕ ਗਈ 829 ਰੈਂਕ ਤੱਕ ਗਈ ਹੈ ਜਨਰਲ ਕੈਟੇਗਰੀ ਦੀ ਠੀਕ ਹੈ ਜੀ ਐਵੇਂ ਥੋਡੇ ਜਿਹੜੇ ਜਿਹੜੇ ਉਸ ਤੋਂ ਬਾਅਦ ਕਾਉਂਸਲਿੰਗ ਆਈਏ 17 ਤਰੀਕ ਨੂੰ ਕਿਹਦੀ ਕਾਉਂਸਲਿੰਗ ਆ ਆਪਣੇ ਕੋਲ ਹੈਂਡੀਕੈਪ ਕੈਟੇਗਰੀ ਦੀ ਉਹ ਗਈ ਹੈ 40 ਤੱਕ ਠੀਕ ਹੈ ਜੀ 40 48 ਤੋਂ 43 ਤੱਕ ਐਵੇਂ ਜਿਹੜੇ ਫਰੀडम फाइਟਰ ਦੀ ਗਈ ਹੈ 66 ਤੱਕ ਓਕੇ ਉਸ ਤੋਂ ਬਾਅਦ ਜਿਹੜੀ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਮੈਰਿਟ ਗਈ ਹੈ ਉਹ 213 ਤੱਕ ਪਹਿਲੇ 213 ਬੰਦਿਆਂ ਨੂੰ ਬੁਲਾਇਆ ਹੈ ਐਵੇਂ ਜਿਹੜੇ ਤੁਹਾਡੇ ਹੋਗੇ ਐਸਸੀ ਵਗੈਰਾ ਐਸਸੀ ਐਕ ਸਰਵਿਸਮੈਨ ਵਗੈਰਾ ਐਕ ਸਰਵਿਸਮੈਨ ਦੀ ਗਈ ਹੈ 150 ਤੱਕ ਐਮੀ ਅਲੱਗ-ਲੱਗ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਇਹਨੂੰ ਇਜ਼ੀਲੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਸਪੋਰਟਸ ਕੈਟਾਗਰੀ ਦੀ ਮੈਰਿਟ ਗਈ ਹੈ ਜੀ ਸਪੋਰਟਸ ਕੈਟਾਗਰੀ ਦੇ ਵਿੱਚ ਸਾਰੇ ਉਮੀਦਵਾਰ ਬੁਲਾਏ ਨੇ ਕਿਉਂ ਬੁਲਾਏ ਨੇ ਇਹਦਾ ਰੀਜ਼ਨ ਕੀ ਹੁੰਦਾ ਹੈ ਕਿ ਸਪੋਰਟਸ ਕੈਟਾਗਰੀ ਦੀ ਮੈਰਿਟ ਜਿਹੜੀ ਉਹਦੇ ਅਕੋਰਡਿੰਗ ਨਹੀਂ ਹੁੰਦੀ ਟੈਸਟ ਦੇ ਅਕੋਰਡਿੰਗ ਸਿਰਫ ਉਹਨਾਂ ਨੇ ਟੈਸਟ ਕਲੀਅਰ ਕਰਨਾ ਹੁੰਦਾ ਟੈਸਟ ਦੇ ਵਿੱਚ ਬੈਠਣਾ ਹੁੰਦਾ ਇਹਨਾਂ ਦੀ ਮੈਰਿਟ ਬਣਦੀ ਹੈ ਅਕੋਰਡਿੰਗ ਟੂ ਗ੍ਰੇਡੇਸ਼ਨ ਜਿਹਦਾ A ਗ੍ਰੇਡ ਹੋਊਗਾ ਉਹਨੂੰ ਸਭ ਤੋਂ ਪਹਿਲਾਂ ਨੰਬਰ ਮਿਲੂਗਾ ਫੇ ਬੀ ਗ੍ਰੇਡ ਫੇ ਸੀ ਗ੍ਰੇਡ ਡੀ ਗ੍ਰੇਡ ਐਵੇਂ ਚੱਲਦਾ ਹੁੰਦਾ 스포츠 ਕੈਟਾਗਰੀ ਦੇ ਵਿੱਚ ਖਾਸ ਗੱਲ ਇਹ ਧਿਆਨ ਰੱਖਣੀ ਹੈ 스포츠 ਕੈਟਾਗਰੀ ਦੀ ਕਦੇ ਵੀ ਮੈਰਿਟ ਨੰਬਰਾਂ ਮੁਤਾਬਕ ਨਹੀਂ ਮੰਨਦੀ ਠੀਕ ਹੈ ਇਹ ਧਿਆਨ ਰੱਖਣਾ ਹੈ ਨਾ ਹੋਵੇ ਜਿਹਦਾ ਡੀ ਗ੍ਰੇਡ ਵਾਲਾ ਜਿਹਦੇ ਨੰਬਰ ਜ਼ਿਆਦਾ ਹੋਣ ਉਹ ਡੀ ਗ੍ਰੇਡ ਦਾ ਹੋਵੇ ਉਹ ਕਹੇ ਜੀ ਮੈਂ 스포츠 ਦੀ ਸੀਟ ਰਿਜ਼ਰਵ ਹੈ ਮੇਰੇ ਲਈ ਨਹੀਂ ਜੀ ਜਿਹਦਾ ਏ ਗ੍ਰੇਡ ਹੋਊਗਾ ਚਾਹੇ ਉਹਦੇ ਨੰਬਰ 1 ਕੇ ਹੋਵੇ ਉਹ ਵੀ ਐਲੀਜੀਬਲ ਹੈ ਦੇ ਲਈ ਕਲੀਅਰ ਹੈ ਤੇ ਇੱਕ ਲਾਸਟ ਧਿਆਨ ਰੱਖਣਾ ਹੈ ਜੀ ਜਦੋਂ ਵੀ ਤੁਸੀਂ ਜਾਣਾ ਹੈ ਤਾਂ ਕੋਵਿਡ 19 ਦੀਆਂ ਜਿੰਨੀਆਂ ਵੀ ਕੰਡੀਸ਼ਨਸ ਨੇ ਉਹਨੂੰ ਫਾਲੋ ਕਰਕੇ ਜਾਣਾ ਹੈ ਮਤਲਬ ਕਿ ਮਾਸਕ ਪਾ ਕੇ ਜਾਣਾ ਹੈ ਸੈਨੀਟਾਈਜ਼ਰ ਨਾਲ ਲੈ ਕੇ ਜਾਣਾ ਹੈ ਤੇ ਦੂਰੀ ਬਣਾ ਕੇ ਰੱਖਣੀ ਹੈ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ ਕਲੀਅਰ ਹੈ ਜੀ ਚਲੋ ਤੇ ਆਈ ਹੋਪ ਤੁਹਾਨੂੰ ਇਹ ਲੇਟਰ ਪਤਾ ਚੱਲ ਗਈ ਹੋਊਗੀ ਤੇ 올 ది 베ਸਟ ਜਿਹੜੇ ਵੀ ਨਵੇਂ ਡਿਪਾਰਟਮੈਂਟ ਦੇ ਵਿੱਚ ਆ ਰਹੇ ਨੇ ਕੈਂਡੀਡੇਟਸ ਠੀਕ ਹੈ ਜੀ ਤੇ ਜੇ ਤੁਹਾਨੂੰ ਪਸੰਦ ਆਇਆ ਹੋਵੇ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰ ਜਰੂਰ ਕਰੋ ਵੀਡੀਓ ਨੂੰ ਬੱ